ਔਰ ਲੋਕ ਚਾਹੁੰਦੇ ਸੀ ਕਿ ਜਿਹੜਾ ਜਿਹੜੀ ਦੂਜੇ ਪਾਰਟੀਆਂ ਨੇ ਦਿੱਤੇ ਆ ਕਲਾਕਾਰ ਜਾਂ ਉਹ ਆਪਦੇ ਪ੍ਰੋਫੈਸ਼ਨ 'ਚ ਇੱਕ ਸੈਲੈਬ੍ਰਿਟੀ ਆ, ਮੈਂ ਇੱਕ ਆਮ ਪਰਿਵਾਰ 'ਚ ਉੱਠੀ ਹਾਂ ਔਰ ਲੋਕਾਂ ਵਿੱਚ ਮੈਂ ਗਰਾਊਂਡ ਲੈਵਲ 'ਤੇ ਜੁੜੀ ਹੋਈ, ਔਰ ਮੇਰੇ ਵਾਸਤੇ ਵੀ ਇੰਨਾ ਵੱਡਾ ਹਲਕਾ ਨਹੀਂ ਹੈਗਾ ਕਿਉਂਕਿ ਮੇਰੇ ਵਾਸਤੇ ਰੈਗੂਲਰ ਹੈ ਕਿਉਂਕਿ ਮੈਂ ਲੋਕਲ ਹੈ ਔਰ ਦੋਨੇ ਜ਼ਿਲ੍ਹੇ ਮੈਂ ਕਵਰ ਕਰਦੀ। ਜਦੋਂ ਇੱਕ ਮੈਦਾਨ 'ਚ ਸਾਰੇ ਭਲਵਾਨ ਆ ਜਾਂਦੇ ਆ ਤੇ ਸਾਰਿਆਂ ਨੇ ਆਪਣਾ ਜ਼ੋਰ ਲਾਉਣਾ ਹੁੰਦਾ। ਜਦੋਂ ਕਾਂਗਰਸ ਦੀ ਕੇਂਦਰ 'ਚ ਅਸੀਂ ਸਰਕਾਰ ਬਣਾਵਾਂਗੇ ਅਸੀਂ ਤੁਹਾਡੀ ਆਵਾਜ਼ ਉੱਥੇ ਉਠਾਵਾਂਗੇ ਔਰ ਜਿੰਨੀਆਂ ਵੀ ਤੁਹਾਡੀਆਂ ਪ੍ਰੋਬਲਮ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਸੋਲਵ ਕਰਾਂਗੇ। ਦੱਸੋ ਜੀ, ਨੇਤਾ ਦੇ ਵਿੱਚ ਸਭਨਾਂ ਦਾ ਜੀ ਆਇਆਂ। ਇਸ ਵਕਤ ਅਸੀਂ ਫਰੀਦਕੋਟ ਹਲਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਕਾਂਗਰਸ ਪਾਰਟੀ ਵੱਲੋਂ ਅਮਰਜੀਤ ਕੌਰ ਸਾਹੋ ਕੇ ਹੋਰਾਂ ਨੂੰ ਉਮੀਦਵਾਰੀ ਦਿੱਤੀ ਗਈ ਆ, ਤਾਂ ਕਹਿ ਸਕਦੇ ਕਿ ਇੱਕ ਵੱਡਾ ਵਿਸ਼ਵਾਸ ਅਮਰਜੀਤ ਕੌਰ ਸਾਹੋਕੇ ਉੱਤੇ ਕੀਤਾ ਗਿਆ। ਜੇ ਗੱਲ ਕਰ ਲਈ ਜਾਵੇ ਪਿਛੋਕੜ ਦੀ ਤਾਂ ਅਮਰਜੀਤ ਕੌਰ ਸਾਹੋਕੇ ਜਗਰਾਓ ਹਲਕੇ ਤੋਂ ਇੱਕ ਵਾਰ ਵਿਧਾਇਕ ਦੀ ਚੋਣ ਲੜ ਚੁੱਕੇ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ੁਰੂਆਤ ਕੀਤੀ ਆਪਣੀ ਪੋਲੀਟੀਕਲ ਕਰੀਅਰ ਦੀ, ਜਿਸ ਤੋਂ ਬਾਅਦ 2022 ਦੇ ਵਿੱਚ ਕਾਂਗਰਸ ਪਾਰਟੀ ਜੁਆਇਨ ਕੀਤੀ, ਜਿਸ ਤੋਂ ਬਾਅਦ ਹੁਣ ਮੁੜ ਤੋਂ ਇੱਕ ਵਾਰ ਉਮੀਦਵਾਰ ਬਣਾਇਆ ਗਿਆ ਫਰੀਦਕੋਟ ਹਲਕੇ ਤੋਂ। ਗੱਲਬਾਤ ਕਰਦੇ ਹਾਂ ਵਿਦੇਸ਼ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਡਮ, ਗੱਲ ਕੀਤੀ ਜਾਵੇ ਫਰੀਦਕੋਟ ਹਲਕੇ ਦੀ, ਪਹਿਲਾਂ ਮੌਜੂਦਾ ਜਿਹੜੇ ਸਾਂਸਦ ਨੇ ਮੁਹੰਮਦ ਸਦੀਕ ਸਾਹਿਬ ਜੀ, ਪਹਿਲਾਂ ਇੱਥੋਂ ਸਾਂਸਦ ਰਹਿ ਚੁੱਕੇ ਨੇ, ਲੰਬਾ ਸਮਾਂ ਲੋਕਾਂ ਦੇ ਵਿੱਚ ਰਹੇ ਨੇ, ਪਰ ਇਸ ਵਾਰ ਦਾ ਸਿਨੈਰੀਓ ਕੁਛ ਚੇਂਜ ਹੋਇਆ, ਤੁਹਾਨੂੰ ਇਸ ਵਾਰ ਉਮੀਦਵਾਰੀ ਦਿੱਤੀ ਗਈ, ਕੀ ਕਹਿਣਾ ਚਾਹੋਗੇ ਇਸ ਵਾਰ? ਮੈਂ ਇਹ ਕਹਿਣਾ ਚਾਹੂੰਗੀ ਕਿ ਕਾਂਗਰਸ ਪਾਰਟੀ ਨੇ ਜਿਹੜਾ ਕਿ ਸਾਡੀ ਅਦਰ ਜਿਹੜੀਆਂ ਸਾਡੀਆਂ ਹੈਗੀਆਂ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਅਸੀਂ 33% ਕੋਟਾ ਜਿਹੜਾ ਵੁਮੈਨ ਨੂੰ ਦੇਵਾਂਗੇ, ਉਹਦੇ 'ਚ ਸਾਡੀ ਪਾਰਟੀ ਨੇ ਪਹਿਲ ਕੀਤੀ ਹੈ ਔਰ ਸਾਨੂੰ 2 ਲੇਡੀਜ਼ ਨੂੰ ਸੀਟ ਦੇ ਕੇ ਨਵਾਜਿਆ, ਇੱਕ ਫਰੀਦਕੋਟ ਤੋਂ ਇੱਕ ਹੁਸ਼ਿਆਰਪੁਰ ਤੋਂ। ਕਿਵੇਂ ਦੇਖ ਰਹੇ ਹੋ ਕਿ ਇਹ ਕਾਰਡ ਵਾਕਈ ਹੀ ਉਹਨਾਂ ਦਾ ਜੋ ਕਾਂਗਰਸ ਪਾਰਟੀ ਦਾ ਸਕਸੈਸਫੁਲ ਰਹੂਗਾ, ਕਿਉਂਕਿ ਇਸ ਵਾਰ ਸਨੈਰੀ ਕੁਛ ਚੇਂਜ ਹੋਇਆ, ਮੌਜੂਦਾ ਸਾਂਸਦ ਨੂੰ ਨਾ ਟਿਕਟ ਦੇ ਕੇ ਉਹਨਾਂ ਨੂੰ ਨਾ ਕੁਛ ਕਰਕੇ ਕਿਤੇ ਨਾ ਕਿਤੇ ਤੁਹਾਨੂੰ ਉਤਾਰੇ ਗਿਆ ਚੋਣ ਮੈਦਾਨ ਦੇ ਵਿੱਚ। ਜੀ, ਲੱਗਦਾ ਨਹੀਂ ਕਿ ਇੱਕ ਪਾਸੇ ਤਾਂ ਕੇਂਦਰ ਦੇ ਵਿੱਚ ਅਲਾਇੰਸ ਵੀ ਹੈਗਾ, ਇੰਡੀਆ ਅਲਾਇੰਸ ਵੀ ਹੈਗਾ, ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਹੈਗੀ ਆ, ਤੁਸੀਂ ਵੀ ਇੱਕ ਮੈਨੀਫੈਸਟੋ ਜਾਰੀ ਕੀਤਾ ਗਿਆ ਕਾਂਗਰਸ ਵੱਲੋਂ ਵੀ, ਜਿਹਦੇ ਵਿੱਚ ਔਰਤਾਂ ਵਾਸਤੇ ਬਹੁਤ ਕੁਛ ਰੱਖਿਆ ਗਿਆ, ਕਾਂਗਰਸ ਵੱਲੋਂ ਕਿਸਾਨਾਂ ਵਾਸਤੇ ਬਹੁਤ ਕੁਛ ਰੱਖਿਆ ਗਿਆ, ਕਿ ਉਸ ਵਿਚਕਾਰ ਇਹ ਮੁੱਦਾ ਵੀ ਡਿਸਕਸ ਨਹੀਂ ਕਰਨਾ ਚਾਹੀਦਾ ਕਿ 1000 ਰੁਪਇਆ ਔਰਤਾਂ ਨੂੰ ਦੇਣਾ ਚਾਹੀਦਾ? ਹਾਂਜੀ, ਇਹ ਜਿਹੜਾ ਉੱਥੇ ਇੰਡੀਆ ਗੱਠਜੋੜ ਹੋਇਆ ਉਹ ਇੱਕ ਸਿਰਫ ਲੋਕਤੰਤਰ ਨੂੰ ਬਚਾਉਣ ਵਾਸਤੇ ਕਿ ਜਿਹੜਾ ਕੇਂਦਰ ਸਰਕਾਰ ਹੈ ਪੰਜਾਬ ਦੇ ਨਕਸ਼ੇ ਨੂੰ ਬਿਲਕੁਲ ਖਤਮ ਕਰਨਾ ਚਾਹੁੰਦੀ ਹੈ, ਉਹਦੇ ਵਿੱਚ ਸਾਡੀਆਂ ਸਾਰੀਆਂ ਪਾਰਟੀਆਂ ਦਾ ਗੱਠਜੋੜ ਆ ਔਰ ਇਹ ਅਸੀਂ ਇਕੱਲੇ ਨਹੀਂ ਲੜ, ਇਕੱਲੀ ਕਾਂਗਰਸ ਪਾਰਟੀ ਨਹੀਂ ਲੜ ਸਕਦੀ ਇਸ ਚੀਜ਼ ਨਾਲ, ਇਹ ਉੱਥੇ ਸਾਰੀਆਂ ਪਾਰਟੀਆਂ ਲੜ ਕੇ ਇਸ ਚੀਜ਼ ਨੂੰ ਲੜ ਰਹੀਆਂ ਇਕੱਠੀਆਂ ਹੋ ਕੇ ਕਿ ਸਾਡਾ ਲੋਕਤੰਤਰ ਬਚਾਇਆ ਜਾਵੇ ਔਰ ਜਿਹੜਾ ਸਾਡੇ ਲੋਕਾਂ ਦਾ ਵੋਟ ਦਾ ਅਧਿਕਾਰ ਮਿਲਿਆ ਹੋਇਆ ਉਹਨੂੰ ਬਚਾਇਆ ਜਾਵੇ। ਤੁਸੀਂ ਜੇ ਗੱਲ ਕੀਤੀ ਜਾਵੇ ਤੁਹਾਡੇ ਪਿਛੋਕੜ ਦੀ, ਤੁਸੀਂ ਰਾਜਨੀਤੀ ਦੇ ਵਿੱਚ ਆਏ, ਪਹਿਲਾਂ ਅਧਿਆਪਕ ਸੀਗੇ, ਪੜ੍ਹਾਉਂਦੇ ਰਹੇ ਹੋ, ਇਸ ਹਲਕੇ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਤੁਹਾਡੀ ਜੌਬ ਰਹੀ ਆ, ਇਹ ਰਾਜਨੀਤੀ ਦੇ ਵਿੱਚ ਕਿਵੇਂ ਆਉਣਾ ਬਣ ਗਿਆ, ਕਿ ਕਿਉਂਕਿ ਅਧਿਆਪਕ ਤੋਂ ਇਹ ਤਾਂ ਵੱਖਰਾ ਜਿਹਾ ਪ੍ਰੋਫੈਸ਼ਨ ਹੋ ਜਾਂਦਾ, ਕਿਵੇਂ ਆਉਣਾ ਸਬੱਬ ਕਿਵੇਂ ਬਣਿਆ? ਮੈਂ ਐਕਚੁਅਲੀ ਜਦੋਂ ਮੈਂ ਜੌਬ ਕਰਦੀ ਸੀ ਮੇਰੇ ਹਸਬੈਂਡ ਨੇ ਕੌਂਸਲਰ ਦਾ ਇਲੈਕਸ਼ਨ ਲੜਿਆ ਸੀ ਮੋਗੇ ਤੋਂ 27 ਨੰਬਰ ਵਾਰਡ ਤੋਂ ਔਰ ਉਦੋਂ ਜਦੋਂ ਮੈਂ ਲੋਕਾਂ ਨੂੰ ਮਿਲਦੀ ਸੀ ਔਰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਮੈਨੂੰ ਔਰ ਜਦੋਂ ਮੈਂ ਅਕਾਲੀ ਦਲ 'ਚ ਸੀ ਉਸ ਟਾਈਮ ਮੇਰੇ ਹਸਬੈਂਡ, ਔਰ ਜਦੋਂ ਦੇਖਿਆ ਜਥੇਦਾਰ ਤੋਤਾ ਸਿੰਘ ਨੇ ਜਾਂ ਹੋਰ ਲੋਕਾਂ ਨੇ ਜਿਹੜੇ ਸਾਡੇ ਲੀਡਰ ਸੀ ਪਾਰਟੀ ਦੇ, ਉਹਨਾਂ ਨੇ ਜਦੋਂ ਦੇਖਿਆ ਵੀ ਲੇਡੀਜ਼ ਨੂੰ ਜਦੋਂ ਲੇਡੀਜ਼ ਮਿਲਦੀ ਹੈ
ਤਾਂ ਉਹ ਜ਼ਿਆਦਾ ਕੰਫਰਟੇਬਲ ਹੋ ਜਾਂਦੀਆਂ। ਔਰ ਉਹਨਾਂ ਨੂੰ ਜਿਹੜਾ ਉਹਨਾਂ ਦੀਆਂ ਪ੍ਰੋਬਲਮ ਹੁੰਦੀਆਂ ਉਹ ਆਪਣੇ ਵਧੀਆ ਤਰੀਕੇ ਨਾਲ ਇੱਕ ਲੇਡੀਜ਼ ਨੂੰ ਦੱਸ ਸਕਦੀਆਂ। ਜਦੋਂ ਕੋਈ ਜੈਂਟਸ ਹੁੰਦਾ ਤਾਂ ਉਹ ਝਿਜਕ ਜਾਂਦੀਆਂ। ਤਾਂ ਉਹਨਾਂ ਨੇ ਇਹ ਫੈਸਲਾ ਲਿਆ। ਔਰ ਉਸ ਟਾਈਮ ਅਕਾਲੀ ਦਲ ਨੇ ਲੇਡੀਜ਼ ਕੋਟੇ ਚੋਂ ਮੈਨੂੰ ਸੀਟ ਦਿੱਤੀ ਸੀ ਜ਼ਿਲ੍ਹਾ ਪ੍ਰੀਸ਼ਦ ਦੀ, ਔਰ ਮੈਂ ਜਿੱਤ ਕੇ ਵੱਡੀ ਲੀਡ ਨਾਲ ਜਿੱਤੀ ਸੀਗੀ ਆਪਣੇ ਹਲਕੇ ਚੋਂ, ਔਰ ਮੈਨੂੰ ਫਿਰ ਚੇਅਰਪਰਸਨ ਦਾ ਅਹੁਦਾ ਨਵਾਜਿਆ ਗਿਆ ਸੀ। ਤੇ ਹੁਣ ਰਾਜਨੀਤੀ ਦੇ ਵਿੱਚ ਕਿਵੇਂ ਦਾ ਲੱਗ ਰਿਹਾ ਸਫ਼ਰ, ਕਿਉਂਕਿ ਹਾਰ ਦਾ ਵੀ ਸਾਹਮਣਾ ਕਰਨਾ ਪਿਆ, ਵਿਧਾਇਕ ਦੀ ਚੋਣ ਲੜੀ ਸੀ ਤੁਸੀਂ ਜਗਰਾਓ ਤੋਂ, ਇਸ ਵਾਰ ਲੋਕ ਸਭਾ ਲੜ ਰਹੇ ਹੋ, ਕਿਵੇਂ ਦਾ ਲੱਗ ਰਿਹਾ ਪਿਛਲੇ ਪ੍ਰੋਫੈਸ਼ਨ ਤੋਂ ਹੁਣ ਪੋਲੀਟੀਕਲ ਦੇ ਪੋਲੀਟੀਕਲ ਕਰੀਅਰ ਦੇ ਵਿੱਚ ਆ ਕੇ? ਹੁਣ ਜਿਹੜੀ ਲੋਕਾਂ ਦੀ ਆਵਾਜ਼ ਹੈ, ਇੱਕ ਤਾਂ ਸੀਗਾ ਵੀ ਲੋਕਲ ਕੈਂਡੀਡੇਟ ਚਾਹੀਦਾ, ਇੱਕ ਮੈਨੂੰ ਜਿਹੜਾ ਮਿਲ ਗਿਆ ਵੀ ਮੈਂ ਲੇਡੀਜ਼ ਹਾਂ ਉਹਦਾ ਵੀ ਮੈਨੂੰ ਬੈਨੀਫਿਟ ਹੋਇਆ। ਔਰ ਲੋਕ ਚਾਹੁੰਦੇ ਸੀ ਕਿ ਜਿਹੜਾ ਜਿਹੜੀ ਦੂਜੇ ਪਾਰਟੀਆਂ ਨੇ ਦਿੱਤੇ ਆ ਕਲਾਕਾਰ ਜਾਂ ਉਹ ਆਪਦੇ ਪ੍ਰੋਫੈਸ਼ਨ 'ਚ ਇੱਕ ਸੈਲੈਬ੍ਰਿਟੀ ਆ, ਮੈਂ ਇੱਕ ਆਮ ਪਰਿਵਾਰ 'ਚ ਉੱਠੀ ਹਾਂ ਔਰ ਲੋਕਾਂ ਵਿੱਚ ਮੈਂ ਗਰਾਊਂਡ ਲੈਵਲ 'ਤੇ ਜੁੜੀ ਹੋਈ ਹਾਂ, ਔਰ ਮੇਰਾ ਐਕਸਪੀਰੀਅੰਸ ਵੀ ਆ। ਮੈਂ ਐਜ਼ ਏ ਚੇਅਰਪਰਸਨ 5 ਸਾਲ ਬਹੁਤ ਵਧੀਆ ਵਰਕ ਕੀਤਾ ਔਰ ਲੋਕ ਮੇਰੇ ਨਾਲ ਜੁੜੇ ਹੋਏ ਆ। ਮੇਰੇ ਹਸਬੈਂਡ ਹਲਕਾ ਨਿਹਾਲ ਸਿੰਘ ਵਾਲਾ ਦੇ ਹੁਣ ਉਹ ਹੈਗੇ ਆ, ਉਹ ਸੰਭਾਲ ਰਹੇ ਆ ਹਲਕਾ, ਠੀਕ ਹੈ, ਉਹ ਇੰਚਾਰਜ ਲੱਗੇ ਹੋਏ ਉੱਥੇ। ਔਰ ਉਹਨਾਂ ਲੋਕਾਂ ਨੇ ਦੇਖਿਆ ਕਿ ਇਹ ਦੋਨੇ ਜੀ, ਪਹਿਲਾਂ ਇਹ ਇਕੱਲੇ ਸੀਗੇ ਔਰ ਜਦੋਂ ਮੈਂ ਇਸ ਲਾਈਨ 'ਚ ਆਈ ਤਾਂ ਅਸੀਂ 2 ਜਣੇ ਹੋ ਗਏ, ਠੀਕ ਹੈ। ਔਰ ਲੋਕਾਂ ਨੇ ਇਹ ਦੇਖਿਆ ਕਿ ਸਾਹੂਕੇ ਪਰਿਵਾਰ ਵਧੀਆ ਹਲਕੇ ਨੂੰ ਸਾਂਭ ਸਕਦਾ, ਲੋਕਾਂ 'ਚ ਵਧੀਆ ਵਿਚਰ ਸਕਦਾ, ਇਸ ਕਰਕੇ ਉਹ ਚੱਲਦਾ 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 ਕੰਮ ਅੱਜ ਇੱਥੇ ਪਹੁੰਚ ਗਿਆ। ਤੁਹਾਡਾ ਪਿੰਡ ਵੀ ਮੈਨੂੰ ਲੱਗਦਾ ਬਾਬੂ ਰਜਬ ਅਲੀ ਹੋਰਾਂ ਦਾ ਪਿੰਡ ਆ, ਸ਼ਾਇਦ ਸਾਹੂਕੇ ਉਹੀ ਪਿੰਡ ਆ, ਹੈ ਨਾ? ਅਤੇ ਹੰਗਾਰਾ ਕਿਵੇਂ ਦਾ ਮਿਲ ਰਿਹਾ ਤੁਹਾਨੂੰ ਆਪਦੇ ਹਲਕੇ 'ਚੋਂ, ਕਿਉਂਕਿ ਲੋਕ ਸਭਾ ਹਲਕਾ ਬਹੁਤ ਵੱਡਾ ਹੋ ਜਾਂਦਾ, ਇਹਦੀ ਕਹਿੰਦੇ ਗਿੱਦੜ ਮੁਕਤਸਰ ਹਲਕੇ ਦੇ ਨਾਲ ਨਾਲ ਜੁੜਦਾ, ਗਿੱਦੜਬਾ ਹਲਕਾ ਬਹੁਤ ਦੂਰ ਪੈ ਜਾਂਦਾ, ਕਿੱਥੇ ਮੋਗਾ ਅਤੇ ਕਿੱਥੇ ਗਿੱਦੜਬਾ, ਲੱਗਦਾ ਨਹੀਂ ਕਿ ਵਿਚਰਨਾ ਬਹੁਤ ਮੁਸ਼ਕਲ ਹੋ ਰਿਹਾ? ਵਿਧਾਇਕ ਦੀ ਚੋਣ ਤਾਂ ਇੱਕ ਹਲਕੇ ਦੇ ਵਿੱਚ ਹੀ ਖਤਮ ਹੋ ਜਾਂਦੀ ਹੈ, ਅਤੇ ਇੱਥੇ ਤਾਂ 9 ਵਿਧਾਨ ਸਭਾ ਹਲਕੇ ਆ। ਐਕਚੁਲੀ ਜਿਹੜਾ ਫਰੀਦਕੋਟ ਹੈ ਉੱਥੇ ਮੈਂ, ਉੱਥੋਂ ਦੀ ਮੈਂ ਜੰਮਪਲ ਹੈ ਔਰ ਮੈਂ ਉੱਥੇ ਗ੍ਰੈਜੂਏਸ਼ਨ ਕੀਤੀ ਆ ਔਰ ਮੈਂ ਉੱਥੇ ਟੀਚਰ ਦੀ ਟ੍ਰੇਨਿੰਗ ਵੀ ਮੈਂ ਉੱਥੋਂ ਲਈ ਆ। ਔਰ ਪੇਕੇ ਪਰਿਵਾਰ 'ਚ ਤਾਂ ਕੁੜੀਆਂ ਨੂੰ ਮਾਣ ਬਹੁਤ ਹੁੰਦਾ। ਇੱਧਰ ਜਿਹੜਾ ਹਲਕੇ, ਇਸੇ ਲੋਕ ਸਭਾ ਹਲਕੇ 'ਚ ਮੋਗਾ ਜ਼ਿਲ੍ਹਾ ਆਉਂਦਾ, ਇੱਥੇ ਮੇਰੇ ਸਹੁਰਾ ਪਿੰਡ ਆ ਔਰ ਮੈਂ ਇੱਥੇ 5 ਸਾਲ ਚੇਅਰਪਰਸਨ ਰਹੀ ਹਾਂ, ਅਤੇ ਇਸ ਕਰਕੇ ਲੋਕ ਜਿਹੜੇ ਆ ਉਹ ਮਤਲਬ ਕਿ ਮੈਨੂੰ ਪਿਆਰ ਕਰਦੇ ਆ ਵੀ ਫਰੀਦਕੋਟ ਦੀ ਬੇਟੀ ਆ ਔਰ ਮੋਗੇ ਦੀ ਨੂੰਹ ਆ। ਔਰ ਹਲਕਾ ਤਾਂ ਜਦੋਂ ਅਸੀਂ 2 ਜ਼ਿਲ੍ਹੇ ਤਾਂ ਵੈਸੇ ਹੀ ਕਵਰ ਕਰਦੇ ਹਾਂ, ਗਿੱਦੜਵਾ ਰਹਿ ਗਿਆ ਅਤੇ ਆਪਣਾ ਰਾਮਪੁਰਾ ਰਹਿ ਗਿਆ, ਉਹਦੇ 'ਚ ਅਸੀਂ ਵੈਸੇ ਹੀ ਪਹਿਲਾਂ ਜਦੋਂ ਮੈਂ ਐਜ਼ ਏ ਚੇਅਰਪਰਸਨ ਸੀ ਉੱਥੇ ਵੀ ਵਿਚਰਦੀ ਸੀ, ਉੱਥੇ ਮੈਂ ਪ੍ਰੋਗਰਾਮ ਅਟੈਂਡ ਕਰਦੀ ਸੀ। ਔਰ ਮੇਰੇ ਵਾਸਤੇ ਵੀ ਇੰਨਾ ਵੱਡਾ ਹਲਕਾ ਨਹੀਂ ਹੈਗਾ ਕਿਉਂਕਿ ਮੇਰੇ ਵਾਸਤੇ ਰੈਗੂਲਰ ਹੈ ਕਿਉਂਕਿ ਮੈਂ ਲੋਕਲ ਹਾਂ ਔਰ ਦੋਨੇ ਜ਼ਿਲ੍ਹੇ ਮੈਂ ਕਵਰ ਕਰਦੀ ਹਾਂ। ਜਾਣ 'ਚ ਦਿੱਕਤ ਨਹੀਂ ਹੁੰਦੀ, ਡਿਸਟੈਂਸ ਬਹੁਤ ਵੱਡਾ ਹੋ ਜਾਂਦਾ ਸਾਰੇ ਲੋਕ ਸਭਾ ਹਲਕੇ ਦਾ? ਅੱਜ ਕੱਲ੍ਹ ਤੁਹਾਨੂੰ ਪਤਾ ਗੱਡੀਆਂ ਹੈਗੀਆਂ, ਸਾਹੂਕੇ ਤੋਂ ਲੈ ਕੇ ਜਿਹੜੀਆਂ ਪਹਿਲੀਆਂ ਚੋਣਾਂ ਹੁੰਦੀਆਂ ਸੀ ਜਦੋਂ ਮੈਂ, ਜਿਹੜੇ ਪੁਰਾਣੇ ਪੋਲੀਟੀਕਲ ਲੀਡਰ ਆ ਉਹ ਦੱਸਦੇ ਹੁੰਦੇ ਸੀ ਕਿ ਸਾਈਕਲਾਂ 'ਤੇ ਚੋਣ ਪ੍ਰਚਾਰ ਕਰਦੇ ਹੁੰਦੇ ਸੀ, ਠੀਕ ਹੈ। ਅੱਜ ਦਾ ਸਮਾਂ ਤਾਂ ਯੁੱਗ ਹੈ ਜਿਹੜਾ ਵਧੀਆ ਹੈ ਔਰ ਅਸੀਂ ਗੱਡੀਆਂ ਦਿੱਤੀਆਂ ਪਰਮਾਤਮਾ ਨੇ, ਹਰ ਇੱਕ ਨੂੰ ਸਹੂਲਤਾਂ ਦਿੱਤੀਆਂ। ਜਿਹੜੇ ਵਰਕਰ ਆ ਉਹਨਾਂ ਕੋਲ ਵੀ ਗੱਡੀਆਂ ਹੁੰਦੀਆਂ, ਮੋਟਰਸਾਈਕਲ ਹੁੰਦੇ ਆ, ਉਹ ਜਿੱਥੇ ਵੀ ਮੀਟਿੰਗ ਹੁੰਦੀ ਆ ਉੱਥੇ ਪਹੁੰਚ ਜਾਂਦੇ ਆ। ਔਰ ਮੈਨੂੰ ਨਹੀਂ ਲੱਗਦਾ ਵੀ ਹਲਕਾ ਵੱਡਾ ਹੈ ਅਤੇ ਲੋਕਾਂ ਕੋਲ ਸਹੂਲਤਾਂ ਹੈ ਸਾਰੀਆਂ, ਹਰ ਇੱਕ ਚੀਜ਼ ਅਵੇਲੇਬਲ ਹੈ, ਕੋਈ ਪ੍ਰੋਬਲਮ ਨਹੀਂ ਆਉਂਦੀ। ਹੁਣ ਸਦੀਕ ਸਾਹਿਬ ਦੀ ਗੱਲ ਕਰ ਲਈ, ਮੌਜੂਦਾ ਸਾਂਸਦ ਨੇ ਇੱਥੋਂ ਫਰੀਦਕੋਟ ਹਲਕੇ ਤੋਂ, ਕਿਤੇ ਨਾ ਕਿਤੇ ਉਮੀਦ ਹੁੰਦੀ ਆ ਕਿ ਪਾਰਟੀ ਉਮੀਦਵਾਰੀ ਦੇਊਗੀ, ਕਿਉਂਕਿ ਜਿੱਤ ਕੇ ਝੋਲੀ 'ਚ ਪਾਉਂਦਾ ਇੱਕ ਜਦੋਂ MP ਸੀਟ,
ਉਮੀਦ ਸੀਗੀ, ਉਮੀਦ ਕਿਤੇ ਨਾ ਕਿਤੇ ਟੁੱਟ ਵੀ ਜਾਂਦੀ ਹੈ ਬੰਦੇ ਦੀ, ਹੁਣ ਉਹਨਾਂ ਬਾਬਤ ਕੀ ਕਹਿਣਾ ਚਾਹੁੰਗੇ ਸਦੀਕ ਸਾਹਿਬ ਨੂੰ? ਮੈਂ ਤਾਂ ਐਕਚੁਲੀ ਕੋਈ ਕੁਐਸਚਨ ਇਹਦੇ ਤੇ ਕੁਛ ਕਮੈਂਟ ਨਹੀਂ ਕਰ ਸਕਦੀ ਕਿਉਂਕਿ ਇਹ ਹਾਈ ਕਮਾਂਡ ਦਾ ਫੈਸਲਾ ਹੈ। ਓਕੇ, ਜੋ ਹਾਈ ਕਮਾਂਡ ਨੂੰ ਵਧੀਆ ਲੱਗਾ ਉਹਨਾਂ ਨੇ ਕਰਤਾ, ਉਹਨਾਂ ਨੇ ਕਰਤਾ। ਤੇ ਕਿਵੇਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਜੋ ਚੋਣ ਲੜ ਰਹੇ ਨੇ ਹੰਸ ਰਾਜ ਹੰਸ ਦੀ, ਕਰਮਜੀਤ ਅਨਮੋਲ ਹੋ ਗਏ, ਰਾਜਵਿੰਦਰ ਸਿੰਘ ਹੋ ਗਏ, ਕਿਵੇਂ ਦੇਖ ਰਹੇ ਹੋ ਆਪਣੇ ਵਿਰੋਧੀ ਧਿਰਾਂ ਨੂੰ? ਉਹ ਆਪਦਾ ਕੰਮ ਕਰ ਰਹੀ ਹੈ, ਮੈਂ ਆਪਣਾ ਕਰ ਰਹੀ ਹਾਂ। ਜਦੋਂ ਇੱਕ ਮੈਦਾਨ ਚ ਸਾਰੇ ਭਲਵਾਨ ਆ ਜਾਂਦੇ ਆ ਤੇ ਸਾਰਿਆਂ ਨੇ ਆਪਣਾ ਜ਼ੋਰ ਲਾਉਣਾ ਹੁੰਦਾ, ਉਸੇ ਤਰ੍ਹਾਂ ਮੈਂ ਵੀ ਆਪਦਾ ਵਰਕ ਕਰ ਰਹੀ ਹਾਂ, ਉਹ ਆਪਦਾ ਕਰੀ ਜਾਂਦੇ ਆ। ਤੇ ਇਹ ਤਾਂ ਫੈਸਲਾ ਉਹ ਲੋਕਾਂ ਨੇ ਕਰਨਾ ਜਿਨ੍ਹਾਂ ਦੀ ਮੈਂ ਆਵਾਜ਼ ਹੈ, ਜਿਨ੍ਹਾਂ ਨੇ ਮੈਨੂੰ ਚੁਣਿਆ ਇਸ ਹਲਕੇ ਵਾਸਤੇ, ਔਰ ਉਹਨਾਂ ਦੀ ਆਵਾਜ਼ ਤੇ ਮੈਂ ਪੂਰੀ ਖਰੀ ਉਤਰੂੰਗੀ, ਔਰ ਮੈਂ ਜਿੰਨੇ ਵੀ ਮੇਰੇ ਕੋਲ ਦਿਨ ਬਚੇ ਆ ਮੈਂ ਪੂਰੀ ਮਿਹਨਤ ਕਰੂੰਗੀ ਔਰ ਘਰ ਘਰ ਜਾ ਕੇ ਅਪੀਲ ਕਰਦੀ ਹਾਂ। ਅੱਜ ਵੀ ਮੇਰਾ ਡੋਰ ਟੂ ਡੋਰ ਸੀਗਾ, ਪੈਦਲ ਮਾਰਚ ਕੀਤਾ। ਅੱਜ ਮੈਂ ਬਦਨੀ ਚ ਸਾਡਾ ਹਲਕਾ ਹੈ, ਮੇਰੇ ਹਸਬੈਂਡ ਉੱਥੋਂ ਦੇ ਇੰਚਾਰਜ ਹੈ, ਅੱਜ ਮੈਂ ਉੱਥੇ ਪੈਦਲ ਮਾਰਚ ਕਰਕੇ ਆਈ ਹਾਂ ਔਰ ਲੋਕਾਂ ਨੂੰ ਮਿਲ ਕੇ ਆਈ ਹਾਂ। ਉਹਨਾਂ ਵਾਸਤੇ ਮੈਂ ਕੋਈ ਨਵਾਂ ਚਿਹਰਾ ਨਹੀਂ, ਸਭ ਜਾਣਦੇ ਆ। ਲੱਗਦਾ ਨਹੀਂ ਗਾ ਕਿ ਜਿਵੇਂ ਸਦੀਕ ਸਾਹਿਬ ਸੀਗੇ, ਸਦੀਕ ਸਾਹਿਬ ਹਲਕੇ ਦੇ ਵਿੱਚ ਰਹੇ, ਹੁਣ ਤੁਸੀਂ ਮਹੀਨੇ ਕੁ ਪਹਿਲਾਂ ਹੀ ਟਿਕਟ ਅਨਾਊਂਸ ਹੋਈ ਆ, ਮੁਸ਼ਕਲਾਂ ਵੀ ਆਉਂਦੀਆਂ ਗੀਆਂ ਕਿਉਂਕਿ ਇੱਕ ਮਹੀਨੇ ਪਹਿਲਾਂ ਜਦ ਟਿਕਟ ਅਨਾਊਂਸ ਹੁੰਦੀ ਆ ਤਾਂ ਜਾਣਾ ਮੁਸ਼ਕਲ ਹੋ ਜਾਂਦਾ ਲੋਕਾਂ ਦੇ ਵਿੱਚ, ਉਸ ਤਰੀਕੇ ਨਾਲ ਵਿਚਰਿਆ ਨਹੀਂ ਜਾਂਦਾ ਕਿਉਂਕਿ ਜਿਹੜਾ 5 ਸਾਲ ਪਹਿਲਾਂ ਵਿਚਰ ਚੁੱਕਿਆ ਹੋਵੇ ਉਹਦੇ ਵਾਸਤੇ ਬਹੁਤ ਸੁਖਾਲਾ ਹੁੰਦਾ ਕਿਉਂਕਿ ਫੇਸ ਇੰਟਰੋਡਿਊਸ ਹੋ ਚੁੱਕਿਆ ਹੁੰਦਾ। ਇਹ ਮੁਸ਼ਕਲਾਂ ਨਹੀਂ ਆ ਰਹੀਆਂ ਗੀ ਸਦੀਕ ਸਾਹਿਬ? ਮੇਰੇ ਵਾਸਤੇ ਕੋਈ ਮੁਸ਼ਕਲ ਨਹੀਂ ਐਕਚੁਅਲੀ। 2022 ਚ ਮੇਰੇ ਹਸਬੈਂਡ ਨੂੰ ਟਿਕਟ ਮਿਲੀ ਸੀ ਕਾਂਗਰਸ ਪਾਰਟੀ ਵੱਲੋਂ, ਔਰ ਉਦੋਂ ਮੈਂ ਨਾਲ ਪੂਰਾ ਵਰਕ ਕੀਤਾ ਔਰ ਇੱਕ ਇੱਕ ਘਰ ਗਈ ਹਾਂ, ਇੱਕ ਇੱਕ ਦੁਕਾਨਦਾਰ ਨੂੰ ਮਿਲੀ ਹਾਂ। ਔਰ ਜਦੋਂ ਮੈਂ ਜਾਂਦੀ ਹਾਂ ਔਰ ਲੋਕ ਕਹਿੰਦੇ ਵੀ ਇਸ ਵਾਰੀ ਅਸੀਂ ਜਿਹੜਾ ਤੁਹਾਡੀ ਮਿਹਨਤ ਹੈ ਉਹਦਾ ਮੁੱਲ ਮੋੜਾਂਗੇ। ਸਦੀਕ ਸਾਹਿਬ ਮਦਦ ਕਰ ਰਹੇ ਵੈਸੇ ਕਰ ਰਹੇ, ਫੋਨ ਤੇ ਗੱਲ ਹੋਈ ਸੀ ਜਿੱਦਣ, ਫੋਨ ਤੇ ਉਹਨਾਂ ਨੇ ਮੈਨੂੰ ਕੰਗ੍ਰੈਚੁਲੇਸ਼ਨ ਕਿਹਾ ਔਰ ਮੈਨੂੰ ਆਸ਼ੀਰਵਾਦ ਵੀ ਦਿੱਤਾ। ਠੀਕ ਹੈ, ਤੇ ਉਹਨਾਂ ਨੇ ਐ ਵੀ ਕਿਹਾ ਵੀ ਮੇਰੀਆਂ 2 ਬੇਟੀਆਂ, ਤੀਸਰੇ ਤੁਸੀਂ ਹੋ, ਕੋਈ ਗੱਲ ਨਹੀਂ ਬੇਟਾ, ਮੈਂ ਤੁਹਾਡੀ ਸਪੋਰਟ ਕਰੂੰਗਾ, ਤੁਹਾਡੇ ਨਾਲ ਆ। ਠੀਕ ਹੈ, ਕੋਈ ਪ੍ਰੋਬਲਮ ਨਹੀਂ। ਹੰਸ ਰਾਏ ਹੰਸ ਜੀ ਚੋਣ ਲੜ ਰਹੇ ਹਨ, ਪਹਿਲਾਂ ਨੌਰਥ ਵੈਸਟ ਦਿੱਲੀ ਤੋਂ MP ਰਹਿ ਚੁੱਕੇ ਨੇ, ਸਿੱਧਾ ਦਿੱਲੀ ਤੋਂ ਫਰੀਦਕੋਟ ਭੇਜਿਆ, ਜਲੰਧਰ ਵੀ ਉਹਨਾਂ ਦਾ ਹਜੇ ਜੱਦੀ ਘਰ ਹੈਗਾ, ਉੱਥੋਂ ਦੇ ਰਹਿਣ ਵਾਲੇ ਸਿੱਧਾ ਫਰੀਦਕੋਟ ਭੇਜਿਆ। ਲੱਗਦਾ ਨਹੀਂ ਗਾ ਕਿ ਇੱਕ ਗਲਤ ਫੈਸਲਾ ਭਾਜਪਾ ਵੱਲੋਂ ਲਿੱਤਾ ਗਿਆ? ਇਹ ਉਹਨਾਂ ਦੀ ਚੋਇਸ ਹੈ, ਮੈਂ ਉਹਦੇ ਬਾਰੇ ਕੁਛ ਕਹਿ ਨਹੀਂ ਸਕਦੀ। ਉਹਨਾਂ ਨੂੰ ਜੋ ਕੈਂਡੀਡੇਟ ਵਧੀਆ ਲੱਗਿਆ ਉਹਨਾਂ ਨੇ ਭੇਜਤਾ। ਵਿਰੋਧ ਬੜਾ ਹੋ ਰਿਹਾ ਹੈਗਾ, ਉਹ ਕਹਿ ਰਹੇ ਕਿ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਨਹੀਂ ਜਾਣ ਦਿੱਤਾ ਜਾ ਰਿਹਾ, ਕਿਸਾਨ ਗੱਡੀ ਰੋਕ ਕੇ ਵਿਰੋਧ ਕਰ ਰਹੇ ਨੇ, ਰੋਸ ਪ੍ਰਦਰਸ਼ਨ ਕਰ ਰਹੇ ਨੇ, ਅੱਗੇ ਜਾਣ ਨਹੀਂ ਦੇ ਰਹੇ, ਪ੍ਰਚਾਰ ਨਹੀਂ ਕਰਨ ਦੇ ਰਹੇ ਹੰਸਰਾਜ ਜੀ ਨੂੰ। ਕੀ ਲੱਗਦਾ ਭਾਜਪਾ ਦੇ ਖਿਲਾਫ਼ ਰੋਸ ਆ ਉਹਨਾਂ ਦਾ? ਹਾਂਜੀ, ਹੰਸਰਾਜ ਦੇ ਖਿਲਾਫ਼ ਤਾਂ ਨਹੀਂ ਹੋ ਸਕਦਾ ਕਿਉਂਕਿ ਉਹ ਸੂਫੀ ਗਾਇਕ ਹੈ, ਬਹੁਤ ਵਧੀਆ ਲੋਕ ਉਹਨਾਂ ਨੂੰ ਪਿਆਰ ਕਰਦੇ ਆ, ਇੱਜ਼ਤ ਦਿੰਦੇ ਆ। ਇਹ ਸਿਰਫ ਕਿਸਾਨਾਂ ਵਾਲਾ ਮੁੱਦਾ ਜਿਹੜਾ ਸਾਡੇ ਕਿਸਾਨ ਹੈ ਜਿਹੜੇ ਉਹਨਾਂ ਨੂੰ ਕਾਲੇ ਕਾਨੂੰਨ ਜਿਹੜੇ ਕੇਂਦਰ ਸਰਕਾਰ ਨੇ ਲਾਗੂ ਕੀਤੇ ਸੀ ਉਹਨਾਂ ਕਰਕੇ ਕਿਸਾਨਾਂ ਦਾ ਸੁਣਵਾਈ ਨਹੀਂ ਹੋਈ, ਉਹਨਾਂ ਦਾ ਰੋਸ ਹੈ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ। ਠੀਕ ਹੈ, ਇਸ ਕਰਕੇ ਉਹ ਜਿਹੜਾ ਭੁਗਤ ਰਹੇ ਆ ਹੰਸਰਾਜ ਜੀ। ਅਤੇ ਹੱਲ ਕੀ ਹੋਣਾ ਚਾਹੀਦਾ? ਕਾਂਗਰਸ ਪਾਰਟੀ ਵੀ ਇੱਕ ਹੱਲ ਦੱਸ ਰਹੀ ਹੈ, ਕਹਿੰਦੇ ਗਰੰਟੀ ਦੇ ਦਾਂਗੇ ਹੱਲ ਹੋ ਜੂਗਾ, ਸਾਰੀਆਂ ਫਸਲਾਂ ਤੇ ਉਸੇ ਦਾ ਪ੍ਰਚਾਰ ਹੁਣ ਕਰ ਰਿਹਾ, ਮੈਨੀਫੈਸਟੋ ਤੋਂ ਉਸੇ ਮੈਨੀਫੈਸਟੋ ਦਾ ਪ੍ਰਚਾਰ ਕਰ ਰਿਹਾ। ਕਿ ਲੱਗਦਾ ਨਹੀਂ ਗਾ ਕਿ ਜੋ ਬਾਰਡਰਾਂ 'ਤੇ ਕਿਸਾਨ ਬੈਠੇ ਆ ਉਹਨਾਂ ਨੂੰ ਜਾ ਕੇ ਇਸ ਗੱਲ ਤੋਂ ਸੈਟਿਸਫਾਈ ਕੀਤਾ ਜਾਵੇ? ਕਿਉਂਕਿ ਉਮੀਦ ਦੇ ਵਿੱਚ ਉਹ ਜਦੋਂ ਧਰਨਾ ਲੱਗਿਆ ਸੀਗਾ ਜੋ ਬਾਰਡਰਾਂ 'ਤੇ ਆ, ਉਦੋਂ ਸਰਕਾਰ ਭਾਜਪਾ ਦੀ ਸੀਗੀ, ਹੁਣ ਕੋਡ ਲੱਗ ਚੁੱਕਿਆ, ਹੁਣ ਕਹਿ ਸਕਦੇ ਕਿ ਅਗਲੀ ਸਰਕਾਰ ਦੀ ਉਡੀਕ ਦੇ ਵਿੱਚ, ਅਗਲੀ ਵੋਟਾਂ ਤੋਂ ਬਾਅਦ ਹੀ ਨਤੀਜਾ ਲੱਗਿਆ। ਲੱਗਦਾ ਨਹੀਂ ਕਿ ਤੁਹਾਨੂੰ ਪ੍ਰਚਾਰ ਕਰਨਾ ਚਾਹੀਦਾ ਉਹਨਾਂ ਕੋਲ ਜਾ ਕੇ, ਜੇ ਗਰੰਟੀ ਦੀ ਗੱਲ ਕਰ ਰਹੇ ਤਾਂ? ਜੀ,
ਜਦੋਂ ਸਾਡੀਆਂ ਮੀਟਿੰਗਸ ਹੁੰਦੀਆਂ ਉਹਨਾਂ 'ਚ ਜਿਹੜੇ ਸਾਡੇ ਕਿਸਾਨ ਵੀਰ ਹੈ ਉਹ ਆਉਂਦੇ ਆ ਔਰ ਅਸੀਂ ਉਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਵੀ ਜਦੋਂ ਕਾਂਗਰਸ ਦੀ ਕੇਂਦਰ 'ਚ ਅਸੀਂ ਸਰਕਾਰ ਬਣਾਵਾਂਗੇ ਅਸੀਂ ਤੁਹਾਡੀ ਆਵਾਜ਼ ਉੱਥੇ ਉਠਾਵਾਂਗੇ ਔਰ ਜਿੰਨੀਆਂ ਵੀ ਤੁਹਾਡੀਆਂ ਪ੍ਰੋਬਲਮ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਸੋਲਵ ਕਰਾਂਗੇ। ਕਿਸਾਨ ਇੱਕ ਗੱਲ ਇਹ ਵੀ ਕਹਿ ਰਹੇ ਕਹਿੰਦੇ ਕਿ ਸਵਾਮੀਨਾਥਨ ਕਮਿਸ਼ਨ ਜਦ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਬਣਿਆ ਸੀਗਾ ਉਦੋਂ ਨਹੀਂ ਲਾਗੂ ਹੋਇਆ ਅਤੇ ਕਹਿੰਦੇ ਬਾਅਦ ਦੇ ਵਿੱਚ ਕੀ ਕਰਨਗੇ ਜਦ ਆਪਦੀ ਸਰਕਾਰ ਲੰਮਾ ਸਮਾਂ ਰਹੀ ਆ ਉਸ ਸਮੇਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਸਵਾਮੀਨਾਥਨ ਕਮਿਸ਼ਨ ਬਣਿਆ ਸੀ MSP ਦੇ ਗਰੰਟੀ ਉਦੋਂ ਹੀ ਦੇ ਦਿੰਦੇ ਹੁਣ ਪਛਤਾਉਣ ਦੀ ਲੋੜ ਨਹੀਂ ਸੀ। ਦੇਖੋ ਜੀ ਇਹ ਤਾਂ ਹੁਣ ਉਦੋਂ ਜਿਹੜਾ ਸੀਗਾ ਸਿਚੁਏਸ਼ਨ ਉਦੋਂ ਦੀ ਸੀ ਜਿਹੜੀ ਹੁਣ ਹੈ ਹੁਣ ਇਹ ਮੁੱਦਾ ਜਿਹੜਾ ਪੱਕ ਚੁੱਕਿਆ ਵਾ ਇਹ ਅਸੀਂ ਹੁਣ ਸਾਡਾ ਇਸ ਮੁੱਦੇ ਨੂੰ ਸਾਨੂੰ ਪਹਿਲ ਦੇ ਆਧਾਰ 'ਤੇ ਰੱਖਣਾ ਪੈਣਾ। ਅਗਰ ਸਾਡੀ ਕੇਂਦਰ 'ਚ ਸਰਕਾਰ ਬਣਦੀ ਆ ਅਸੀਂ 13 ਦੇ 13 MP ਜਿਤਾ ਕੇ ਕੇਂਦਰ 'ਚ ਭੇਜਦੇ ਹਾਂ ਅਤੇ ਅਸੀਂ ਉਹਨਾਂ ਦੀ ਆਵਾਜ਼ ਬਣ ਕੇ ਇਹ ਮੁੱਦੇ ਨੂੰ ਅਸੀਂ ਉਠਾਵਾਂਗੇ ਪਹਿਲ ਦੇ ਆਧਾਰ 'ਤੇ। ਉਹ ਕਹਿ ਰਹੇ ਉਹ ਆਪਣਾ ਉਹ ਤੁਹਾਡੇ ਬਾਰੇ ਇਹ ਕਹਿ ਰਹੇ ਸੀ ਕਹਿੰਦੇ ਕਿ ਬਾਹਰੀ ਕੈਂਡੀਡੇਟ ਲੈ ਕੇ ਬਾਹਰੀ ਇਨ ਦਾ ਸੈਂਸ ਕਿ ਕਹਿੰਦੇ ਸਾਹੂ ਕੇ ਹੋਰੇ ਕਹਿੰਦੇ 5 ਸਾਲ ਵਿਦੇਸ਼ ਦੇ ਵਿੱਚ ਰਹੇ ਜਦ ਕਹਿੰਦੇ ਇਲੈਕਸ਼ਨ ਆ ਗਏ ਉਹ ਕਹਿੰਦੇ ਹਲਕੇ ਦੇ ਵਿੱਚ ਆ ਗਏ। ਨਹੀਂ ਹੁਣ ਮੇਰੇ ਬੱਚੇ ਅਮੈਰੀਕਾ ਸੈਟਲ ਆ ਦੇਖੋ ਐਜ਼ ਏ ਮਦਰ ਮੈਨੂੰ ਬੱਚਿਆਂ ਕੋਲੇ ਜਾਣਾ ਪੈਂਦਾ ਵਾ ਅਤੇ ਉਹ ਸਾਰੇ ਜਾਂਦੇ ਆ ਤੇ ਬਾਹਰੀ ਕੈਂਡੀਡੇਟ ਤਾਂ ਉਹ ਹੋਵੇ ਨਾ ਜਿਹਨੂੰ ਜਿਹਨੇ ਕੋਈ ਇਲੈਕਸ਼ਨ ਹੀ ਨਾ ਲੜਿਆ ਹੋਵੇ ਤੇ ਉਹ ਸਿੱਧਾ ਉੱਥੋਂ ਤੁਸੀਂ ਬਾਹਰੋਂ ਲਿਆ ਕੇ ਉਹਨੂੰ ਟਿਕਟ ਦੇ ਦਿਓ ਉਹਨੂੰ ਆਪਾਂ ਬਾਹਰੀ ਕਹਿ ਸਕਦੇ। ਉਹ ਕਹਿੰਦੇ ਉਹਨਾਂ ਨੂੰ ਪੀਆ ਉਹਨਾਂ ਦੀ ਪੀਆਰ ਹੈਗੀ ਕਹਿੰਦੇ ਉਹ ਤਾਂ ਜਦੋਂ ਕਹਿੰਦੇ ਇਲੈਕਸ਼ਨ ਖਤਮ ਹੋ ਗਏ ਉਹਨਾਂ ਨੇ ਵਾਪਸ ਚੱਲ ਜਾਣਾ। ਨਹੀਂ ਇਹ ਤਾਂ ਐਵੇਂ ਝੂਠ ਹੈ ਉਹਨਾਂ ਕੋਲੇ ਕੋਈ ਹੋਰ ਮੁੱਦਾ ਹੈ ਨਹੀਂ ਗਾ ਮੇਰੇ ਉਲਟ ਬੋਲਣ ਵਾਸਤੇ ਕੋਈ ਇਸ਼ੂ ਨਹੀਂ ਹੈਗਾ। ਠੀਕ ਹੈ ਦੇਖੋ ਹੁਣ ਤੁਹਾਡੇ ਮੰਮੀ ਹੈ ਤੁਸੀਂ ਬਾਹਰ ਗਏ ਹੋਏ ਆ ਕੈਨੇਡਾ ਅਮੈਰੀਕਾ ਅੱਜ ਕੱਲ੍ਹ ਤਾਂ ਹਰ ਇੱਕ ਗਿਆ ਪਰਿਵਾਰ ਦਾ ਹਰ ਇੱਕ ਜੀ ਗਿਆ ਅਗਰ ਤੁਸੀਂ ਚਾਹੁੰਦੇ ਆ ਕਿ ਛੁੱਟੀਆਂ ਆ ਮੇਰੇ ਮੰਮੀ ਸਾਡੇ ਕੋਲੇ ਆ ਕੇ ਰਹਿਣ ਮੇਰੇ ਫਾਦਰ ਸਾਡੇ ਕੋਲੇ ਆ ਕੇ ਰਹਿਣ ਤੁਹਾਡਾ ਵੀ ਜੀ ਕਰੂਗਾ ਨਾ ਮੇਰੇ ਮੰਮੀ ਪਾਪਾ ਆਉਣ ਸਾਡੇ ਕੋਲੇ ਹਰ ਬੱਚੇ ਦਾ ਜੀ ਕਰਦਾ ਹੁੰਦਾ ਔਰ ਮੇਰੇ ਬੱਚੇ ਅਨਮੈਰਿਡ ਆ ਔਰ ਮੇਰਾ ਐਜ਼ ਏ ਮਦਰ ਉਹਨਾਂ ਕੋਲੇ ਜਾਣਾ ਮੇਰਾ ਫਰਜ਼ ਬਣਦਾ। ਭਾਜਪਾ ਰਾਖਵਾ ਕਰਨ ਦੀ ਗੱਲ ਕਰ ਰਹੀ ਹੈ ਜਿਵੇਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਕਾਂਗਰਸ ਵੱਲੋਂ ਪਹਿਲਾਂ ਹੀ ਆਪਣੇ ਉਮੀਦਵਾਰਾਂ ਨੂੰ ਜਿਹੜੀ ਟਿਕਟ ਵੂਮੈਨਸ ਨੂੰ ਪ੍ਰੈਫਰ ਕੀਤਾ ਗਿਆ ਕਿ ਜੋ ਰਿਜ਼ਰਵੇਸ਼ਨ ਦੀ ਜੋ ਪਾਲਿਸੀ ਆ ਲਾਗੂ ਕੀਤੀ ਜਾਊਗੀ ਭਾਜਪਾ ਵੱਲੋਂ ਅਗਰ ਸਰਕਾਰ ਬਣਦੀ ਆ ਤਾਂ ਕਾਂਗਰਸ ਵੱਲੋਂ ਤੋਂ ਪਹਿਲਾਂ ਹੀ ਆਪਣੇ ਜੋ ਵੂਮੈਨਸ ਨੂੰ ਪ੍ਰਾਇਓਰਟੀ ਦਿੱਤੀ ਜਾ ਰਹੀ ਹੈ ਕਿਤੇ ਨਾ ਕਿਤੇ ਕੋਟੇ ਵਾਲਾ ਸਿਸਟਮ ਪਹਿਲਾਂ ਸ਼ੁਰੂ ਕਰਤਾ ਰਿਜ਼ਰਵੇਸ਼ਨ। ਹਾਂਜੀ ਇਹਨਾਂ ਨੇ ਕਰਤਾ ਮੈਂ ਹੁਣ ਪਿੰਡਾਂ 'ਚ ਜਦੋਂ ਜਾਂਦੀ ਹਾਂ ਔਰ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਕੌਂਸਲਰ ਵੀ ਆ ਔਰ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਆ ਬਲਾਕ ਸੰਮਤੀ ਮੈਂਬਰ ਵੀ ਆ ਰੈਗੂਲਰ ਮੈਂਬਰ ਵੀ ਜਿਹੜੀਆਂ ਬੀਬੀਆਂ ਵਾਰਡਾਂ 'ਚ ਅੱਜ ਕੱਲ੍ਹ ਪਿੰਡਾਂ 'ਚ ਵਾਰਡ ਬਣੇ ਹੋਏ ਉਹਨਾਂ ਦੀਆਂ ਮੈਂਬਰ ਵੀ ਹੈਗੀਆਂ ਔਰ ਉਹਦੇ 'ਚ ਕੀ ਹੁੰਦਾ ਜਦੋਂ ਬੀਬੀ ਕੋਈ ਕੌਂਸਲਰ ਹੈ ਜਾਂ ਕੁਛ ਵੀ ਹੈ ਜਦੋਂ ਮੈਂ ਕਿਸੇ ਚੇਅਰ 'ਤੇ ਬੈਠੀ ਹਾਂ ਜਦੋਂ ਬੀਬੀ ਦੀ ਕੋਈ ਪ੍ਰੋਬਲਮ ਹੈ ਸਾਡਾ ਸਮਾਜ ਹੈ ਜਿਹੜਾ ਕਈ ਵਾਰੀ ਅਗਲਾ ਦੇਖਦਾ ਮਰਦ ਪ੍ਰਧਾਨ ਸਮਾਜ ਹੈ ਬੀਬੀਆਂ ਦੀ ਕੋਈ ਸੁਣਵਾਈ ਨਹੀਂ ਉਹ ਚਾਹੁੰਦੀਆਂ ਕਿ ਕੋਈ ਔਰਤ ਹੋਵੇ ਅਸੀਂ ਆਪਣੀ ਗੱਲ ਹੈ ਉਸ ਔਰਤ ਨੂੰ ਈਜ਼ੀਲੀ ਦੱਸ ਸਕੀਏ ਇਸ ਕਰਕੇ ਕਾਂਗਰਸ ਪਾਰਟੀ ਦੀ ਬੜੀ ਵਧੀਆ ਸੋਚ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦੀ ਜਿਨ੍ਹਾਂ ਨੇ ਮੇਰੇ ਵਰਗੀ ਇੱਕ ਗਰੀਬ ਕਿਸਾਨ ਦੀ ਬੇਟੀ ਨੂੰ ਚੁਣਿਆ ਜਿਹੜੇ ਕਿ ਮੈਂ ਹਰ ਦੁੱਖ ਦਰਦ ਨੂੰ ਔਰਤਾਂ ਦੇ ਨੂੰ ਸਮਝ ਸਕਦੀ ਹਾਂ ਔਰ ਮੈਂ ਉਹਨਾਂ ਦੇ ਜਿਹੜੇ ਦੁੱਖ ਦਰਦ ਆ ਉਹਨਾਂ ਨੂੰ ਮਤਲਬ ਕਿ ਕਲੀਅਰ ਵੀ ਕਰ ਸਕਦੀ ਹਾਂ ਉਹਨਾਂ ਨੂੰ ਸਮਝਾ ਵੀ ਸਕਦੀ ਹਾਂ ਔਰ ਮੇਰਾ ਜਿਹੜੀ ਸੀਟ ਹੈ ਇਹ ਕੋਈ ਛੋਟੀ ਮੋਟੀ ਸੀਟ ਨਹੀਂ ਹੈਗੀ ਇਹਦੇ 'ਚ ਸਾਰੇ ਜਿੰਨੀਆਂ ਵੀ ਜਿੰਨੇ ਵੀ ਸਾਡੇ ਚੋਣਾਂ ਹੁੰਦੀਆਂ ਉਹਦੇ 'ਚ ਬੀਬੀਆਂ ਨੂੰ ਜਿਹੜੀ ਆ ਉਹ ਕੈਂਡੀਡੇਟ ਖੜਾਇਆ ਜਾਂਦਾ ਔਰ ਮੈਂ ਕਹਿੰਦੀ ਹਾਂ ਵੀ ਬਹੁਤ ਵਧੀਆ ਚੀਜ਼ ਹੈ ਜੇ ਸਾਡੀਆਂ ਹੋਰ ਔਰਤਾਂ ਵੀ ਇਸ ਮੇਰੇ ਤੋਂ ਸਿੱਖਿਆ ਲੈ ਕੇ ਅੱਗੇ ਆਉਂਦੀਆਂ। ਔਰਤਾਂ ਦੇ ਵਿਚਾਰ ਕਿੱਦਾਂ ਦੇ ਸੀ ਕੀ ਕਹਿਣਾ ਚਾਹ ਰਹੇ ਆ ਹੁਣ ਕਿ
ਤੁਹਾਡੇ ਮੁਤਾਬਕ ਕਿਹੜੀ ਮੁੱਦੇ ਉਹਨਾਂ ਨੇ ਖਾਸ ਤੌਰ ਤੇ ਰੱਖੇ ਗਏ ਤੁਹਾਡੇ ਸਾਹਮਣੇ, ਤੁਸੀਂ ਕੋਈ ਰੱਖਿਆ ਹੋਵੇ ਕੋਈ? ਹਾਂਜੀ, ਸਭ ਤੋਂ ਜਿਹੜਾ ਇਹਨਾਂ ਨੇ ਸੱਤਾ ਹਥਿਆਈ ਹੈ, ਜਿਹੜੇ ਕਾਰਨ ਆਮ ਆਦਮੀ ਪਾਰਟੀ ਨੇ, ਇਹਨਾਂ ਨੇ ਕਿਹਾ ਸੀ ਕਿ ਅਸੀਂ 20 ਦਿਨਾਂ ਦੇ ਵਿੱਚ ਵਿੱਚ ਨਸ਼ਾ ਖਤਮ ਕਰ ਦਾਂਗੇ। ਔਰ ਸਭ ਤੋਂ ਮੇਨ ਜਿਹੜਾ ਇਸ਼ੂ ਅੱਜ ਦੇ ਟਾਈਮ ਚ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਨਸ਼ੇ ਚ ਗ੍ਰਸਤ। ਅਸੀਂ ਵੀ ਇੱਕ ਏਦਾਂ ਹੀ ਕੀਤਾ ਸੀਗਾ, ਲੋਕ ਨਸ਼ੇ ਨੂੰ ਲੈ ਕੇ ਫਰੀਦਕੋਟ ਦੇ ਬਹੁਤ ਗੱਲਾਂ ਕਹਿ ਰਹੇ ਨੇ ਕਿ ਕਹਿੰਦੇ ਨਸ਼ਾ ਹਜੇ ਤੱਕ ਨਹੀਂ ਖਤਮ ਹੋਇਆ ਫਰੀਦਕੋਟ ਤੇ, ਨੌਜਵਾਨ ਬਹੁਤ ਮਾਰ ਰਿਹਾ, ਮਾਵਾਂ ਨੂੰ ਉਹਦਾ ਦੁੱਖ ਝੱਲਣਾ ਪੈ ਰਿਹਾ ਹੈਗਾ। ਐਜ਼ ਏ ਮਦਰ ਦੇਖੋ, ਮੈਂ ਵੀ ਮਾਂ ਹੈ, ਮੇਰੇ ਵੀ ਬੱਚੇ ਨੌਜਵਾਨ ਹੈ, ਰੱਬ ਨਾ ਕਰੇ ਅਗਰ ਮੇਰੇ ਘਰ ਚ ਇਹੋ ਜਿਹੀ ਪ੍ਰੋਬਲਮ ਆ ਜੇ ਤਾਂ ਦੇਖ ਲਓ ਉਹ ਦਰਦ ਹੈ ਜਿਹੜਾ ਮੈਨੂੰ ਪਤਾ ਹੈ। ਜਦੋਂ ਔਰਤਾਂ ਆ ਕੇ ਮੇਰੇ ਕੋਲ ਦੱਸਦੀਆਂ ਵੀ ਮੇਰਾ ਬੱਚਾ ਇਸ ਤਰ੍ਹਾਂ ਨਸ਼ਾ ਕਰਦਾ, ਔਰ ਉਹਨੂੰ ਜਦੋਂ ਨਸ਼ੇ ਦੀ ਲੋੜ ਹੁੰਦੀ ਹੈ ਉਹ ਮੇਰੇ ਘਰ ਦਾ ਸਮਾਨ ਵੀ ਵੇਚ ਦਿੰਦਾ। ਦੇਖੋ ਜਦੋਂ ਮਾਂ ਇੱਕ ਆ ਕੇ ਇਹੋ ਜਿਹਾ ਦਰਦ ਦੱਸਦੀ ਹੈ, ਐਜ਼ ਏ ਮਦਰ ਹੋਣ ਦੇ ਨਾਤੇ ਮੈਨੂੰ ਬਹੁਤ ਤਕਲੀਫ ਹੁੰਦੀ ਹੈ। ਔਰ ਜਿਹੜਾ ਇਹ ਇਸ਼ੂ ਆ ਮੈਂ ਲੋਕ ਸਭਾ ਚ ਜਾ ਕੇ ਉਠਾਉਂਗੀ, ਮੈਂ ਸਭ ਤੋਂ ਮੇਨ ਜਿਹੜਾ ਕੰਮ ਹੈ ਇਹਨੂੰ ਪਹਿਲ ਦੇ ਆਧਾਰ ਤੇ ਰੱਖੂੰਗੀ, ਔਰ ਮਾਵਾਂ ਦੇ ਜਿਹੜੇ ਨੌਜਵਾਨ ਬੱਚੇ ਆ ਮੇਰੇ ਨੌਜਵਾਨ ਵੀਰ ਹੈ ਉਹਨਾਂ ਨੂੰ ਮੈਂ ਪੂਰੀ ਸਪੋਰਟ ਕਰੂੰਗੀ, ਉਹਨਾਂ ਵਾਸਤੇ ਮੈਂ ਇਹ ਲੜਾਈ ਜ਼ਰੂਰ ਲੜੂੰਗੀ। ਨਸ਼ਾ ਦਾ ਮੁੱਦਾ ਹਰ ਸਾਲ ਹੀ ਚੱਕਦੇ ਆ ਕੋਈ ਨਾ ਕੋਈ ਸੰਸਦ ਜਾਂ ਵਿਧਾਇਕ, ਕਿਸੇ ਨਾ ਕਿਸੇ ਰੂਪ ਦੇ ਵਿੱਚ ਮੁੱਦਾ ਉਠਾ ਜ਼ਰੂਰ ਰਿਹਾ, ਪਰ ਲੱਗਦਾ ਨਹੀਂ ਗਾ ਕਿ ਗੌਰ ਬਹੁਤ ਘੱਟ ਹੋ ਰਿਹਾ। ਤੁਹਾਡੇ ਸੰਸਦ ਦੇ ਵਿੱਚ ਜਾਣ ਨਾਲ ਕੋਈ ਮਸਲੇ ਦਾ ਹੱਲ ਹੋਊਗਾ? ਤੁਹਾਨੂੰ ਲੱਗਦਾ ਕਿ ਕੋਈ ਮਸਲੇ ਦਾ ਹੱਲ ਤੁਸੀਂ ਸੋਚ ਕੇ ਪਹਿਲਾਂ ਲੈ ਕੇ ਜਾਓਗੇ, ਜੇ ਸੋਚਿਆ ਹੋਵੇ ਸੰਸਦ ਬਣਦੇ ਹੋ ਤਾਂ ਇਹ ਮੈਂ ਹੱਲ ਕਰੂੰ? ਦੇਖੋ ਮੈਂ ਇਕੱਲੀ ਕੁਛ ਨਹੀਂ ਕਰ ਸਕਦੀ, ਇਹ ਲੜਾਈ ਮੇਰੀ ਇਕੱਲੀ ਦੀ ਨਹੀਂ, ਅਗਰ ਸਾਰੇ ਮਿਲ ਕੇ ਮੇਰਾ ਸਾਥ ਦਿੰਦੇ ਆ, ਅਸੀਂ 13 ਦੇ 13 ਮੈਂਬਰ ਪਾਰਲੀਮੈਂਟ ਚ ਜਾਂਦੇ ਹਾਂ ਤੇ ਅਸੀਂ ਉੱਥੇ ਆਪਣੀ ਮੈਜੋਰਟੀ ਬਣਾ ਕੇ ਅਸੀਂ ਇਹ ਮੁੱਦੇ ਨੂੰ ਹੱਲ ਕਰ ਸਕਦੇ ਹਾਂ। ਔਰਤਾਂ ਦਾ ਹੋਰ ਕਿਹੜਾ ਇਸ਼ੂ ਜਿਹੜਾ ਮੁੱਖ ਤੌਰ ਦੇ ਵਿੱਚ ਸੰਸਦ ਵਿੱਚ ਗੂੰਜੇਗਾ ਜੇ ਮੈਂਬਰ ਆਫ ਪਾਰਲੀਮੈਂਟ ਬਣਦੇ ਹੋ ਤਾਂ? ਇੱਕ ਤਾਂ ਜਿਹੜਾ ਔਰਤ ਚਾਹੁੰਦੀ ਹੈ ਕਿ ਮੇਰਾ ਰੋਟੀ ਰੋਜੀ ਦਾ ਸਾਧਨ, ਜੇ ਉਹਦੇ 2 ਬੱਚੇ ਆ ਪੜ੍ਹੇ ਲਿਖੇ ਆ ਉਹ ਚਾਹੁੰਦੀ ਕਿ ਮੇਰਾ 1 ਬੱਚਾ ਹੀ ਜਿਹੜਾ ਗਵਰਨਮੈਂਟ ਜੋਬ ਤੇ ਲੱਗ ਜੇ ਜਾਂ ਉਹਨੂੰ ਰੋਟੀ ਰੋਜੀ ਕਮਾਉਣ ਵਾਸਤੇ ਕੋਈ ਨੌਕਰੀ ਮਿਲ ਜੇ। ਇਹ ਸਭ ਤੋਂ ਵੱਡਾ ਇਸ਼ੂ ਅੱਜ ਸਾਡੇ ਸਮਾਜ ਵਿੱਚ ਚੱਲ ਰਿਹਾ, ਜੇ ਸਾਡੇ ਸਮਾਜ ਇੱਥੇ ਨੌਕਰੀਆਂ ਨਹੀਂ ਨਾ ਤਾਂ ਹੀ ਸਾਡੇ ਬੱਚੇ ਪੰਜਾਬ ਛੱਡ ਕੇ ਵਿਦੇਸ਼ਾਂ 'ਚ ਜਾ ਰਹੇ। ਇਸੇ ਕਾਰਨ ਹੀ ਅਗਰ ਕੇਂਦਰ 'ਚ ਕਾਂਗਰਸ ਸਰਕਾਰ ਆਉਂਦੀ ਆ ਤੇ ਅਸੀਂ ਜਿਹੜੀਆਂ ਨੌਕਰੀਆਂ ਜਿਨ੍ਹਾਂ ਨੂੰ ਇਹਨਾਂ ਨੇ ਪ੍ਰਾਈਵੇਟ ਸੈਕਟਰ 'ਚ ਬਦਲਤਾ ਕੇਂਦਰ ਨੇ, ਉਹ ਅਸੀਂ ਰੈਗੂਲਰ ਕਰਾਂਗੇ, ਰੈਗੂਲਰ ਭਰਤੀ ਹੋਊਗੀ। ਲੱਗਦਾ ਨਹੀਂ ਕਿ ਨੌਕਰੀਆਂ ਘੱਟ ਜਾਣਗੀਆਂ ਕਿਉਂਕਿ ਆਬਾਦੀ ਬਹੁਤ ਜ਼ਿਆਦਾ ਆ, ਇਕੱਲੀ ਕੇਂਦਰ ਦੀ ਸਰਕਾਰ ਨੌਕਰੀ, ਕੇਂਦਰ ਦੀ ਸਰਕਾਰ ਕੁਛ ਲਿਮਿਟ ਦੇ ਵਿੱਚ, ਜਿਵੇਂ ਲਿਮਿਟ ਦੇ ਵਿੱਚ ਰੱਖੀਆਂ ਗਈਆਂ ਕਿ ਇੰਨੀ ਨੌਕਰੀਆਂ, ਤੁਸੀਂ ਮੈਨੀਫੈਸਟੋ ਦੇ ਵਿੱਚ ਵੀ ਜ਼ਿਕਰ ਕੀਤਾ ਇੰਨੀਆਂ ਨੌਕਰੀਆਂ ਦਿੱਤੀ ਜਾਣਗੀਆਂ, ਪਰ ਆਬਾਦੀ ਬਹੁਤ ਜ਼ਿਆਦਾ, ਪੂਰੇ ਦੇਸ਼ ਨੂੰ ਵੀ ਨੌਕਰੀ ਦਿੱਤੀ ਹੈ। ਦੇਖੋ ਉਹ ਜਿਹੜੇ ਅਲੱਗ ਅਲੱਗ ਡਿਪਾਰਟਮੈਂਟ ਹੁੰਦੇ ਆ ਉਹਨਾਂ 'ਚ ਮਤਲਬ ਕਿ ਐਂ ਹੁੰਦਾ ਨਾ ਵੀ ਜੇ ਬੱਚਾ MA BEd ਆ ਉਹਨੂੰ ਗਵਰਨਮੈਂਟ ਟੀਚਰ ਦੇ ਅਹੁਦੇ 'ਤੇ ਰੱਖਿਆ ਜਾਊਗਾ, ਜੇ ਕੋਈ ਡਾਕਟਰ ਹੈ MBBS ਡਾਕਟਰ ਜਾਂ ਉਹਨੇ ਮਾਸਟਰ ਡਿਗਰੀ ਕੀਤੀ ਹੈ ਤੇ ਉਹ ਡਾਕਟਰ ਅਲੱਗ ਅਲੱਗ ਡਿਪਾਰਟਮੈਂਟਾਂ ਵਿੱਚ ਭਰਤੀ ਹੋਊਗੀ। ਬਾਬੇ ਫਰੀਦ ਦੀ ਧਰਤੀ ਨੂੰ ਸਭ ਤੋਂ ਵੱਡੀ ਸੁਗਾਤ ਕੀ ਦਿਓਗੇ ਜੇ ਸੰਸਦ ਬਣਦੇ ਹੋ ਤਾਂ, ਸਰਕਾਰ ਬਣਦੀ ਹੈ ਜਾਂ ਸੰਸਦ ਬਣਦੇ ਹੋ, ਸੁਗਾਤ ਕੀ ਰੱਖੋਗੇ? ਮੈਂ ਜਿਹੜਾ ਮੇਰੇ ਮੇਨ ਮੋਟਿਵ ਹੈ ਐਜੂਕੇਸ਼ਨ, ਹੈਲਥ ਔਰ ਗੇਮਸ, ਔਰ ਇੱਕ ਮੈਂ ਜਿਹੜਾ ਹੋਰ ਸੋਚਿਆ ਇਹ ਜਿਹੜਾ ਇਸ਼ੂ ਹੈ ਸਾਡੇ ਸਮਾਜ ਨੂੰ ਅੱਜ ਘੋਣ ਵਾਂਗ ਖਾ ਰਿਹਾ ਨਸ਼ਿਆਂ ਦਾ ਮੁੱਦਾ। ਔਰ ਇੱਕ ਸਾਡੇ ਜੈਤੋ ਹਲਕੇ 'ਚ ਟ੍ਰੇਨ ਦੀ ਪਟੜੀ ਹੈ ਜਿਹੜੀ, ਉਹਦੇ 'ਤੇ ਜਦੋਂ ਟ੍ਰੇਨ ਆਉਂਦੀ ਆ ਤਾਂ 2-2, 3-3 ਘੰਟੇ ਟ੍ਰੈਫਿਕ ਜਾਮ ਹੋ ਜਾਂਦਾ, ਉਹ ਅਸੀਂ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਚਾਹਵਾਂਗੇ। ਅਤੇ ਐਜੂਕੇਸ਼ਨ ਨੂੰ ਲੈ ਕੇ ਕੁਛ ਸੋਚਿਆ ਹੋਵੇ? ਕਿਉਂਕਿ ਹਲਕਾ ਬਹੁਤ ਪਾਸੇ ਰਹਿ ਜਾਂਦਾ,
ਇਸ ਨੂੰ ਐਜੂਕੇਸ਼ਨ ਦੀ ਬੜੀ ਜ਼ਰੂਰਤ ਆ, ਉਸ ਨੂੰ ਲੈ ਕੋਈ ਤਜਵੀਜ਼ ਰੱਖਣੀ ਚਾਹੋ ਤਾਂ ਪਹਿਲਾਂ ਤੋਂ? ਹਾਂਜੀ, ਕਿਉਂਕਿ ਮੈਂ ਐਜੂਕੇਸ਼ਨ ਡਿਪਾਰਟਮੈਂਟ 'ਚ ਬਿਲਕੁਲ ਤੁਸੀਂ ਅਧਿਆਪਕ ਰਹੇ ਅਧਿਆਪਕ ਰਹੀ ਹਾਂ, ਔਰ ਮੈਂ ਚਾਹੂੰਗੀ ਕਿ ਕੋਈ ਵਧੀਆ ਡਿਗਰੀ ਕਾਲਜ ਆਵੇ ਜਿਹਦੇ ਜਿੱਥੇ ਸਾਡੇ ਬੱਚੇ ਡਿਗਰੀ ਕਰਕੇ ਉਹਨਾਂ ਨੂੰ ਮਤਲਬ ਕਿ ਜੋਬ 'ਤੇ ਜਾ ਕੇ ਉਹ ਆਪਣੀ ਜਿਹੜੀ ਡਿਗਰੀ ਆ ਉੱਥੇ ਉਹਨਾਂ ਨੂੰ ਵਧੀਆ ਤਰੀਕੇ ਦੀ ਜੋਬ ਮਿਲ ਸਕੇ, ਜਿਹੜਾ ਕਿ ਉਹ ਆਪਣੇ ਪਰਿਵਾਰ ਦਾ ਆਪਣੇ ਸਮਾਜ 'ਚ ਪਰਿਵਾਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕਣ ਔਰ ਆਪਣੇ ਸਮਾਜ ਵਿੱਚ ਸਿਰ ਉੱਚਾ ਕਰਕੇ ਜੀ ਸਕਣ। ਬਹੁਤ ਬਹੁਤ ਧੰਨਵਾਦ ਸਾਹੂਕੇ ਜੀ। ਤਾਂ ਇਹ ਸਨ ਸਾਡੇ ਨਾਲ ਅਮਰਜੀਤ ਕੌਰ ਸਾਹੂਕੇ, ਲੋਕ ਸਭਾ ਕਾਂਗਰਸ, ਲੋਕ ਸਭਾ ਫਰੀਦਕੋਟ ਤੋਂ ਕਹਿ ਸਕਦੇ ਕਿ ਉਮੀਦਵਾਰੀ ਦਿੱਤੀ ਗਈ ਹੈ ਕਾਂਗਰਸ ਵੱਲੋਂ, ਲਗਾਤਾਰ ਪ੍ਰਚਾਰ ਕਰ ਰਹੇ ਨੇ। ਮੁੱਖ ਮੁੱਦੇ ਉਹਨਾਂ ਵੱਲੋਂ ਐਜੂਕੇਸ਼ਨ, ਹੈਲਥ ਅਤੇ ਕਹਿ ਸਕਦੇ ਕਿ ਇਨਫਰਾਸਟ੍ਰਕਚਰ ਦਾ ਮੁੱਦਾ ਚੱਕਿਆ ਗਿਆ। ਉਹਨਾਂ ਵੱਲੋਂ ਕਿਹਾ ਕਿ ਅਗਰ ਸੰਸਦ ਦੇ ਵਿੱਚ ਜਾਣਿਆ ਤਾਂ ਇਹਨਾਂ ਮੁੱਦਿਆਂ 'ਤੇ ਗੌਰ ਕੀਤੀ ਜਾਵੇਗੀ, ਇਹਨਾਂ ਮੁੱਦਿਆਂ ਨੂੰ ਜ਼ੋਰਾਂ ਸ਼ੋਰਾਂ ਨਾਲ ਚੱਕਿਆ ਜਾਵੇਗਾ।